मान रहीम अस्सलाम वालेकुम। कैसे मेरे भैन भरा अमीर फिंदी खुश होंगे। अल्लाह ताला तुम खुश रखे, शादाबाद रखे। इसे ही प्यारे गुना खाते हैं खूबसूरत वीडियो तो गाज वीडियो शुरू करने से पहले साड़ी छोटी गुजारिश कि जिन्होंने हिंदी साडा इमरान भी चैनल सब्सक्राइब नहीं किया सब्सक्राइब कर लो, बैल का बटन प्रेस कर लो ताकि आने वाली हर वीडियो मेरे भैन भरा मतलब बार वक्त पाती रहे। अच्छा जी माशाल्लाह जी अच्छी वीडियो कुछ इस तरह दी है कि अज मम्मा बजरा भी है तो बजरा भी अम्मी जी सारे गए हुए जी मुरबे ये अज बनाने जी फनी वीडियो थोड़ी जी तो भैन भरा दस दिए जी कि अच्छा फनी वीडियो कुछ इस तरह की साड़ी कि असं जाके अब बनावे तो इंशाल्लाह मैं अपने भैन भरा जरूर शेयर करा तो कमेंट करके सू लाजमी दस्यो कि थानू साड़ी वीडियो कुछ इस तरह की लगती है तो अगे जी भी सूरत हाल हुई मैं इंशाल्लाह मैं अपने भैन भरा जरूर शेयर करा। सारी यूट्यूब फैमिली मेरी तरफों अस्सलाम वालेकुम। अच्छा जी आज की जिहड़ी साड़ी वीडियो सी ते ए देखियो कैसी लगी तुहानू कमेंट दे विच भी लाजमी दसियो। पहले साड़ी वीडियो तुसी देखदे आ भैन भाई बड़े शौक नाल मेरा का चकड़ो हट जा असि पता अन क्या भाई नु ते तू हट जा हम कह के गईयां असि भी पुछिया बाजी नन्नी असि भी पुछिया उनु मैं तन्नू कही जानी जान दे तन्नू मैं कही जानी जान दे समान पूरा ना रखी पानी पर लड़न तो दईदा नहीं गा मैं डेरे ते बथेरा पिया तू चक लैंदी बाजी नन्नी नूं चक लैन दिंदे ब्लड हाई हो जांदा आ उदन भी ते उदन भी तुसीं उत्थे लड़ पईआं सब्जी दे विच भी ते अज भी जिहड़ा हैगा की ओह बालण ही बालण आ आ नहीं सही उतों चुक लैंदी उधर भी पिया बथेरा मोटे तोड़ता ने डंडा मार के आप ही ख्याल कर ला तू हुण है सही कोई जानवर कुटन आला डंडा इन्हें जिहड़ा झाड़ झाड़ के पाई जान गे मैं रेहड़ी तेरी रखी आऊंगा
ਰਾਬਿਆਂ ਨੂੰ ਲੈ ਆਉਂਦਾ ਜਾਂ ਇਹਨੂੰ ਲੈ ਆਉਂਦਾ ਜਾਂ ਬਾਈ ਨੰਨੀ ਨੂੰ, ਇਹਨਾਂ ਚੋਂ ਇੱਕ ਨੂੰ ਲੈ ਆਉਂਦਾ ਤੇ ਨਾਲ ਰਾਬਿਆਂ ਨੂੰ ਲੈ ਆਉਂਦਾ। ਮੈਂ ਤੇ ਇਸੇ ਤੋਂ ਲਿਆਇਆ ਸੀ ਵੀ ਦੋਵੇਂ ਜਣੀਆਂ ਪਾਈ ਜਾਣਗੀਆਂ, ਮੈਂ ਚੱਕ ਚੱਕ ਕੇ ਉੱਥੇ ਰੇੜੀ ਤੇ ਰੱਖੀ ਜਾਊਂਗਾ, ਦੋ ਪੰਡਾਂ ਪਾ ਦੇਣਗੀਆਂ, ਮੈਂ ਚੱਕ ਕੇ ਸਿੱਟੇ ਆਊਂਗਾ। ਕਮਾਲ ਨੀ ਤੇਰੇ ਵਾਲੇ, ਵੀ ਤੂੰ ਆਪ ਹੀ ਦੇਖ ਲਿਆ ਕਰ ਵੀ ਸਿਆਣੀ ਪਿਆਣੀ ਹੈਗੀ ਹੈ, ਤੇ ਉਹਨੂੰ ਤੂੰ ਆਪ ਕਹਿੰਦੀ ਵੀ ਤੂੰ ਆਪ ਚੁੱਕ ਲਾਓ ਜਿਹੜਾ ਘਾਹ ਜਾ, ਆਪਾਂ ਉਧਰੋਂ ਚੁੱਕ ਲੈਂਦੇ ਥੋੜਾ ਤੇ ਆ ਉਧਰ ਡੇਰੇ ਵੱਲ। ਅੱਗੇ ਬੋਲਦੀ ਝਾਕ ਘੱਟ ਹੀ ਆ, ਇਹਨੂੰ ਇਸੇ ਤੋਂ ਕਿਹਾ ਵੀ ਤੂੰ ਥੋੜਾ ਬੋਲਿਆ ਕਰ, ਨਾ ਕੋਈ ਏਡਾ ਪੈਂਡਾ ਕਰਿਆ ਕਦੇ, ਸ਼ੂਗਰ ਦੀ ਮਰੀਜ਼ ਜੋ ਵਾ ਲੜਾਈ ਦਾ। ਮੈਂ ਤੇ ਇਸੇ ਤੋਂ ਲਿਆਇਆ ਇਹਨਾਂ ਨੂੰ, ਚੱਲ ਇਹ ਦੋਵੇਂ ਜਿਹੜੀਆਂ ਪਾਈ ਜਾਣਗੀਆਂ, ਮੈਂ ਚੱਕ ਕੇ ਰੇੜੀ ਤੇ ਸਿੱਟੇ ਉਮਰਾਨ ਦੀ, ਤੇ ਮੇਰੇ ਆਉਂਦਿਆਂ ਤਾਂ ਪੰਡ ਪਾ ਦਿਆ ਕਰਨਗੀਆਂ। ਤੇ ਇਹਨਾਂ ਨੇ ਅੱਗੋਂ ਆਹ ਤਮਾਸ਼ਾ ਲਾ ਲਿਆ, ਇਹਨਾਂ ਨੇ ਵੇਖ ਲਾ ਕਿਹੜੀ ਕੀਤੀ। ਇਹ ਹੁਣ ਚੱਕ ਕੇ ਲਿਜਾਣੀ ਪੈਣੀ ਆਪਾਂ ਨੂੰ। ਨਹੀਂ ਬਾਜੀ ਨੰਨੀ ਨੇ ਕਿਹਾ ਗਈ ਸੀ ਤੂੰ ਉਹਨੂੰ ਪਾ ਲੈਣ ਦਿੰਦੀ ਜਿਹੜੀ ਢੇਰੀ ਪਾਉਂਦੀ ਸੀਗੀ। ਆਹ ਹੁਣ ਦੋਵੇਂ ਕੱਪੜੇ ਤੁਸੀਂ ਵਿਛਾਏ ਆ? ਦੋਵੇਂ ਹੀ ਇਹਨਾਂ ਨੇ ਵਿਛਾਏ ਆ, ਤੇ ਇੱਕ ਜਣੀ ਪਾ ਲੈਂਦੀ। ਆਹ ਬਾਜੀ ਨੰਨੀ ਦਾ ਕੱਪੜਾ ਕਿਉਂ ਵਾ? ਬਾਜੀ ਨੰਨੀ ਦਾ ਆਹ ਕੱਪੜਾ, ਆਹ ਜਿਹੜਾ ਤੇ ਤੂੰ ਆਹ ਚੁੱਕ ਇਹਨੂੰ ਬਾਜੀ ਨੰਨੀ ਨੂੰ ਪਾ ਦਿੰਦੀ, ਆਹ ਤੂੰ ਉਧਰੋਂ ਚੁੱਕ ਲੈਂਦੇ, ਹੋਰ ਉਧਰ ਥੋੜਾ ਪਿਆ ਸੀਗਾ ਪੱਲੇ ਪਾਸੇ। ਕੰਜਰਖਾਨਾ ਰਹਿੰਦਾ ਘਰੇ ਵੀ ਤੇ ਬਾਹਰ ਵੀ, ਘਰ ਵੀ ਏਦਾਂ ਹੀ ਆ, ਏਦਾਂ ਹੀ ਆ। ਕਦੀ ਕੁਕੜੀ ਆਇਆ ਨੂੰ ਆ ਗਈ ਸਾਡੇ ਵੱਲ ਨੂੰ, ਕਦੀ ਆਇਆ ਨੂੰ, ਮੈਂ ਤੇ ਇਹਨਾਂ ਨੂੰ ਰੋਕਦਾ ਹੀ ਰਹਿੰਦਾ ਵੀ ਜਾਣ ਦਿਓ ਗੁੱਸੇ ਨੂੰ। ਹੁਣ ਉਹ ਘਰ ਲੈ ਕੇ ਚੱਲ ਗਏ ਇਹਨੂੰ, ਉੱਥੇ ਕੋਈ ਟੀਕਾ ਲਵਾਈਏ ਡਾਕਟਰ ਤੋਂ ਜਾਂ ਕੋਈ ਦਵਾਈ ਲੈ ਕੇ ਦਈਏ। ਤੈਨੂੰ ਪਤਾ ਵੀ ਆ ਵੀ ਘਰ ਦੇ ਵਿੱਚ ਹਾਲਾਤ ਕਿੱਦਾਂ ਦੇ, ਤੂੰ ਨਵਾਂ ਜੱਬ ਪਾ ਦਿੱਤਾ, ਹੁਣ ਕੌਣ ਪੈਸੇ ਲਾਊਗਾ ਇਹਦੇ ਤੇ ਵਿਚਾਰੀ ਦੇ? ਹੈ ਸਹੀ ਆਪਣੇ ਕੋਲ ਪੈਸੇ ਘਰ ਦੇ ਵਿੱਚ? ਉਹ ਤੇ ਹਰ ਕੰਮ ਤਾਂ ਤੁਹਾਨੂੰ ਦੱਸਿਆ ਹੋਇਆ ਇਹਦਾ ਵੀ ਇਹਨੂੰ ਖੁਸ਼ ਹੀ ਰੱਖਣਾ ਆਪਾਂ, ਇਹਨੂੰ ਗੁੱਸੇ ਨਹੀਂ ਹੋਣ ਦੇਣਾ। ਮੈਂ ਇਸੇ ਵਾਸਤੇ ਉੱਥੋਂ ਸਾਈ ਵਾਲੋਂ ਆਇਆ ਹੋਇਆ ਵੀ ਇਹ ਉੱਥੇ ਨਾ ਗੁੱਸੇ ਨਾ ਹੋਵੇ ਕਿਸੇ ਨਾਲ। ਜਦੋਂ ਇਹ ਮਾੜੀ ਜਿਹੀ ਗੁੱਸੇ ਹੋ ਜਾਂਦੀ ਉਦੋਂ ਤਬੀਅਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਅਤੇ ਆਹ ਅੱਜ ਨਵਾਂ ਹੀ ਕੱਟਾ ਖੁੱਲ੍ਹ ਗਿਆ ਵਾ, ਅਤੇ ਮੈਂ ਰਹਿ ਤੂੰ ਜਾਂਚੀ ਕਰ ਦਿੱਤੀ ਉਹਦੇ ਨਾਲ, ਇਹਦਾ ਤੈਨੂੰ ਪਤਾ ਤਾਂ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹ ਇੱਦਾਂ ਦੀ ਤਬੀਅਤ ਹੈ ਇਹਦੀ, ਇਹ ਅੱਡੀ ਫਾਹੇ ਲੈਂਦੀ ਆ ਭਾਅ ਮੇਰੇ ਨਾਲ। ਚੱਲ ਫਿਰ ਹੁਣ ਚੰਗਾ ਹੈ ਨਾ, ਹੁਣ ਲਾਓ ਰੁਪਈਏ, ਮੇਰੇ ਕੋਲ ਤਾਂ ਆਪ ਹੈ ਨਹੀਂ। ਇਹ ਲੈਂਦੀ ਆ ਮੇਰੇ ਨਾਲ ਅੱਡੀ ਫਾਹੇ ਨਹੀਂ, ਆ ਕੇ ਮੇਰੇ ਨਾਲ ਲਏ ਆ, ਮੈਂ ਪਾਈ ਜਾਂਦੀ ਸੀ ਬੜਾ ਸੋਹਣਾ ਕਾ। ਉਹ ਲਵੋ ਤੁਸੀਂ ਹੁਣ ਫਿਰ ਦੋਵੇਂ ਜੀ ਲਾਵੋ। ਮੈਨੂੰ ਦੱਸਦੀ ਭਾਅ ਨੂੰ ਦੱਸਦੀ ਵੀ ਬਾਜੀ ਜਾਂਚਦੀ ਕਰਦੀ ਆ, ਤੇ ਅਸੀਂ ਆਪੇ ਇਹਨੂੰ ਕਰ ਲੈਂਦੇ ਨਾ ਗੱਲ ਪੁੱਛ ਲੈਂਦੇ। ਹਾਂ ਵੀ ਅਸੀਂ ਤਾਂ ਇਸੇ ਤੋਂ ਮੈਂ ਲਿਆਇਆ ਸੀ ਤੁਹਾਨੂੰ, ਚੱਲ ਦੋਵੇਂ ਜਣੀਆਂ ਪਾਉਣਗੀਆਂ, ਮੈਂ ਪੰਡ ਚੱਕ ਕੇ ਇੱਕ ਸਿੱਟਿਆ ਦੂਜੀ ਚੱਕਣ ਆ ਜਾਊਂਗਾ, ਇਹ ਦੋਵੇਂ ਦਬਦਾ ਪਾ ਲੈਣਗੀਆਂ। ਹੱਥੋਂ ਇਹ ਮੇਰੇ ਘਾਹ ਭਾਅ ਖੋਣ ਡਈ ਸੀਗੀ, ਤਾਂ ਮੈਨੂੰ ਹੁਣ ਕੀ ਪਤਾ ਵੀ ਤੁਸੀਂ ਇਹ ਲਾੜੀ ਪੈਣਾ ਇੱਥੇ, ਵੀ ਤੁਸੀਂ ਡੰਡਿਓ ਡੰਡੀ ਹੋ ਜਾਣਾ, ਅਸੀਂ ਪਰੋਂ ਦੋਵੇਂ ਭਰਾ ਮੁੰਡਾ ਹੈ ਹਜੇ ਤਾਂ ਤੁਸੀਂ ਆਉਂਦੀਆਂ ਨੂੰ। ਇਹ ਉਦਣ ਵੀ ਮੇਰੇ ਨਾਲ ਅੱਡੀ ਫਾਹੇ ਪਾ ਲੈਂਦੀ ਰਹੀ ਆ, ਉਸ ਦਿਨ ਉਸ ਦਿਨ ਵੀ ਲਸਣ ਦੇ ਵਿੱਚ ਇਹਨੇ ਮੇਰੇ ਨਾਲ ਅੱਡੀ ਫਾਹੇ ਲਈ, ਅੱਜ ਵੀ ਇਹਨੇ ਲਾ ਕੇ ਲਈ ਮੈਨੂੰ। ਉਹ ਤੁਹਾਨੂੰ ਮੈਂ ਇਸੇ ਤੇ ਤਾਂ ਕਹਿੰਦਾ ਰਹਿੰਦਾ ਵੀ ਨਾ ਤੁਸੀਂ ਇੱਦਾਂ ਬੋਲਿਆ ਕਰੋ ਇੱਕ ਦੂਜੀ ਨਾਲ। ਇੱਕ ਤਾਂ ਤੂੰ ਉਹਦੇ ਮਾਰ ਦਿੱਤਾ ਅੱਗੋਂ, ਤੂੰ ਬੋਲੀ ਜਾਣ ਰਹੀ ਆ ਵੀ ਬੰਦਾ ਤਮੀਜ਼ ਨਾਲ ਤੇ ਗੱਲ ਕਰੇ, ਹਾਲ ਹਾਲ ਕਰੀ ਜਾਂਦੀ ਤੂੰ ਭਲਾ, ਉਹੀ ਗੱਲ ਫਿਰ ਤੂੰ ਜਿਹੜਾ ਲਿਹਾਜ਼ ਹੀ ਨਹੀਂ ਕਰਨ ਦੇ ਕਿਸੇ ਦਾ। ਪਤਾ ਵੀ ਅੱਜ ਤਬੀਅਤ ਇਹੋ ਜਿਹੀ ਆ ਵੀ ਮੈਂ ਤੈਨੂੰ ਕਿਹਾ ਵੀ ਇਹਨੂੰ ਖੁਸ਼ ਰੱਖਣਾ ਆਪਾਂ, ਇਹਨੂੰ ਨਹੀਂ ਗੁੱਸੇ ਕਰਨਾ। ਮੈਂ ਤੂੰ ਘਰ ਚੱਲ ਅੱਜ, ਮੈਂ ਤੇਰੇ ਨਾਲ ਘਰ ਚੱਲ। ਉਹ ਨਾ ਨਾ ਕੁਛ ਨਾ ਕਹੀ ਜਾ, ਮੈਂ ਤੇਰਾ ਬੰਦੋਬਸਤ ਕਰਦਾ ਜਾ ਕੇ, ਉਹੀ ਗੱਲ ਨਹੀਂ ਕਰੇ ਗੱਲ ਤੂੰ ਫਿਰ ਤਾਂ ਨਾ ਆਪਾਂ ਕੁਛ ਨਹੀਂ, ਇੱਥੇ ਬਾਹਰ ਨਹੀਂ ਕੁਛ ਵੀ ਕਹਿਣਾ ਤੈਨੂੰ। ਉਦਣ ਵੀ ਤੈਨੂੰ ਮੈਂ ਸਮਝਾਇਆ ਜਿਹੜਾ ਵੀ ਤੂੰ ਜਿਹੜਾ ਨਾ ਬਾਜ਼ ਆ ਜਾ ਬਾਜ਼ ਆ ਜਾ, ਫਿਰ ਤੂੰ ਉਹੀ ਕੰਮ ਕੀਤਾ ਜਿਹੜਾ ਜਿੱਥੋਂ ਤੈਨੂੰ ਰੋਕੋ ਉਹੀ ਕੰਮ ਕਰਨੀ ਤੂੰ। ਨਹੀਂ ਘਰੇ ਚੱਲ ਕੇ, ਘਰੇ ਚੱਲ ਕੇ ਉਹ ਚਲੋ ਲਿਆਓ ਰੇੜੀ, ਇਹਨੂੰ ਚੱਲੀਏ ਲੱਦ ਕੇ, ਨਾ ਨਾ ਲਿਆ ਕਰੋ, ਤੁਹਾਨੂੰ ਮੈਂ ਨਿਹਤ ਕਹਿੰਦਾ, ਨਾ ਸਮਝਿਆ ਕਰੋ। ਘਰੇ ਜਾਣ ਜੋਗੀ ਤਾਂ ਕਰੋ ਯਾਰ, ਕੀ ਆ ਯਾਰ।
ਨਵਾਂ ਹੀ ਜੱਬ ਪਾ ਦਿੱਤਾ ਸਾਨੂੰ ਨਾ ਅੱਡੀ ਫਾਇਲ ਆ ਕਰੇ ਮੇਰੇ ਨਾਲ ਆਪ ਪੰਗੇ ਲੈਂਦੀ ਆ ਅੱਪਾ ਉਹ ਚੱਲ ਫੜ ਯਾਰ ਮਰਾਨੇ ਨੂੰ ਖੜੀ ਤਾਂ ਕਰ ਗਏ ਠਾਕ ਬਾਜੀ ਨੇ ਚੱਲ ਆਏ ਵੇ ਮਰਾਨ ਮੈਂ ਤੋਂ ਨਹੀਂ ਉੱਠਿਆ ਜਾਂਦਾ ਵੇ ਮੇਰਾ ਲੱਕ ਧੋਦਾ ਵੇ ਮਰਾਨ ਹਾਏ ਹੌਸਲਾ ਕਰ ਹੋ ਗਿਆ ਤੈਨੂੰ ਰੇੜੀ ਤੇ ਲਿਜਾਣੇ ਆ ਅੱਜ ਉੱਤੀ ਪਾ ਦੇ ਹਾਏ ਮਰਾਨ ਮੈਂ ਤੋਂ ਨਹੀਂ ਤੈਨੂੰ ਰੇੜੀ ਤੇ ਪਾ ਕੇ ਚੱਲਦੇ ਰੇੜੀ ਤੇ ਕੋਈ ਨਹੀਂ ਤੈਨੂੰ ਹੁਣ ਮੇਰੇ ਲੱਕ ਦੀ ਹੱਡੀ ਟੁੱਟ ਗਈ ਮਰਾਨ ਕੋਈ ਨਹੀਂ ਟੀਕਾ ਲਾਉਣ ਲੈ ਚੱਲ ਕੇ ਕੋਈ ਨਹੀਂ ਮੈਂ ਤਾਂ ਬਾਜੀ ਅੱਜ ਕਰਦਾ ਘਰ ਜਾ ਕੇ ਮੈਨੂੰ ਪੰਗੇ ਲੈਂਦੀ ਐ ਮੇਰੇ ਨਾਲ ਪੰਗੇ ਲੈਂਦੀ ਆ ਪਹਿਲੇ ਬੰਦ ਕਰ।